नब्बे दिनों के लोगों को यह महसूस कर लग पाया भी हाँ भी सरकार है। पर विरोधी हाले भी कही जाते अलानजीत कह रहे सीएम चन्नी होना विरोधी कौन सुखबीर बादल की गल करते कि केजरीवाल की दोनों कह रहे हैं मैं दोनों को चंगी तरह जानता मैं लगता मैं 14-16 घंटे जिहड़ा काम करना और मैं यही किसी खुश होकर करना किसी मकसद लिए करना कि हाँ भी आपां पंजाब नूं किधर नूं लैके जाणा की हुण इन्ने घंटे काम करन दे नाल जिहड़ी पहलां खड़ोत आई है वह पूरी हो जाएगी। अज स्कूल एजुकेशन दे विच पंजाब नंबर एक ते आ ये मैं नहीं कह रहा ये पी जी आई जिहड़ा स्कोर हुंदा ना गवर्नमेंट ऑफ इंडिया सर्वे कराउंदी आ ये उहदे मुताबिक पर वो कहते पंजाब को इतना ताना बाना नहीं है एक नंबर से किवें आ सकता है केजरीवाल नूं की पता भी बेड़ी वाले पुल तो भी गांह जाके एजुकेशन दी जाती है अध्यापक हाले भी धरने पर है तुहानूं भी पता उन्हां बारे की कर रहे हो साढ़े को 31,000 पोस्टां खाली पई जी अध्यापक जिहड़े आ उह अलग अलग जिहड़ियां यूनियन है जी उन्हां दा आपस में कॉन्फलिक्ट बहुत है बदलावों की जरूरत भी हैगी होर सुधार की जरूरत भी हैगी कॉलेज एजुकेशन दे विच सुधार की जरूरत हैगी खिडारियों नूं लैके कुछ कर रहे हो क्योंकि पंजाब दे खिडारियों का हमेशा शिकवा रहिंदा है कि पंजाब सरकार साडे लई कुछ सोचदी नहीं है असी हुण 5 लाख बच्चे नूं खेडां दा समान देण लगे आ तां कि उहदा बेस वधे जी उहदे चों 5 लाख चों 5,000 सिलैक्ट करांगे 5,000 चों गां 500 सिलैक्ट करांगे जिन्हां ने जाके मैडल लैके आउणे आ पंजाब नूं लैके केजरीवाल हुणी 1,000 रुपया कह रहे आ अकाली दल वाले 2,000 कह रहे आ तो तुहाडी सरकार भी एवें दा कोई ऑफर दे रही है ना ਤਾਂ ਮੈਨੀਫੈਸਟੋ ਕਮੇਟੀ ਆਪਣੀ ਨੂੰ ਕਿਹਾ ਮੈਂ ਕਿਹਾ ਯਾਰ ਉਹ ਵਾਅਦੇ ਕਰਿਓ ਜਿਹੜੇ ਕਰ ਸਕਦੇ ਹੋਵੋਗੇ ਉਹ ਨਾ ਕਰਿਓ ਜਿਹੜੇ ਨਹੀਂ ਕਰ ਸਕਦੇ ਹੋਵੋਗੇ ਕਿਉਂਕਿ ਵਾਅਦਿਆਂ ਨੇ ਤਾਂ ਇੱਥੇ ਤੱਕ ਇਹ ਪੰਜਾਬ ਨੂੰ ਲੈ ਆਉਂਦਾ ਸਾਰੀਆਂ ਪਾਰਟੀਆਂ ਦੀਆਂ ਜਿਵੇਂ ਸਿਆਸੀ ਸਰਗਰਮੀਆਂ ਤੇਜ਼ ਨੇ MLA ਪ੍ਰਗਟ ਸਿੰਘ ਹੁਣੀ ਵੀ ਇਸੇ ਤਰ੍ਹਾਂ ਲੱਗੇ ਹੋਏ ਨੇ ਪ੍ਰਗਟ ਸਿੰਘ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਸੀਂ ਸਿੱਧੂ ਧੜੇ ਦੇ ਪਹਿਲਾਂ ਤੋਂ ਅਖਵਾਉਂਦੇ ਹੋ ਹੈ ਨਾ ਅਤੇ CM ਚੰਨੀ ਹੁਣਾਂ ਦੀ ਰਹਿਨਮਾਈ 'ਚ ਵੀ ਕੰਮ ਕਰ ਰਹੇ ਹੋ ਕੈਪਟਨ ਅਮਰਿੰਦਰ ਹੁਣਾਂ ਨਾਲ ਵੀ ਕੀਤਾ ਹੁਣ ਤੁਸੀਂ ਇੱਕ ਤਰ੍ਹਾਂ ਤੁਹਾਡੀ ਆਪਣੀ ਸਰਕਾਰ ਹੈ ਫਿਰ ਤੋਂ ਕਿਉਂਕਿ ਇੱਕ ਤਰ੍ਹਾਂ ਤੁਹਾਡੇ ਕੋਲ ਫਿਰ ਅਹੁਦੇ ਵਾਪਸ ਆਏ ਨੇ ਹੁਣ ਕਿਵੇਂ ਲੱਗ ਰਿਹਾ ਕੰਮ ਕਰਨਾ ਸਵਾਦ ਆ ਰਿਹਾ ਨਹੀਂ ਕੰਮ ਤਾਂ ਕੰਮ ਹੀ ਹੁੰਦਾ ਕਿਉਂਕਿ ਹਮੇਸ਼ਾ ਮੈਂ ਤਾਂ ਕੰਮ ਨੂੰ ਬਹੁਤ ਸੀਰੀਅਸਲੀ ਲੈਂਦਾ ਜੀ ਕਿਉਂਕਿ ਇਹ ਜ਼ਿੰਮੇਵਾਰੀ ਆ ਇਹ ਕੋਈ ਅਹੁਦਾ ਨਹੀਂ ਹੈ ਜੀ ਕਿਉਂਕਿ ਜਦੋਂ ਜ਼ਿੰਮੇਵਾਰੀ ਵੱਧਦੀ ਆ ਤਾਂ ਫਿਰ ਮੰਨ ਲਓ ਜੇ ਮੇਰੇ ਹਲਕੇ ਦੇ 2 ਲੱਖ ਲੋਕ ਆ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਜੇ ਪੰਜਾਬ ਦੀ ਗੱਲ ਕਰੀਏ ਤਾਂ 3 ਕਰੋੜ ਲੋਕ ਹੈ ਉਹਨਾਂ ਦੀਆਂ ਕੀ ਸਮੱਸਿਆਵਾਂ ਜਿਹੜੇ ਜਿਹੜੇ ਮਹਿਕਮੇ ਹੈਗੇ ਆ ਐਜੂਕੇਸ਼ਨ ਦੇ ਵਿੱਚ ਅਸੀਂ ਬੱਚਿਆਂ ਨੂੰ ਕਿੱਦਾਂ ਸਮੇਂ ਦਾ ਹਾਣੀ ਬਣਾਉਣਾ ਐਜੂਕੇਸ਼ਨ 'ਚ ਬਦਲਾਅ ਕੀ ਚਾਹੀਦੇ ਹੈਗੇ ਸਾਰੀਆਂ ਚੀਜ਼ਾਂ ਜਿਹੜੀਆਂ ਉਹਦਾ ਹਿੱਸਾ ਆ ਔਰ ਉਹਦੇ ਲਈ ਸਮਾਂ ਚਾਹੀਦਾ ਔਰ ਮੈਨੂੰ ਲੱਗਦਾ ਮੈਂ 14-16 ਘੰਟੇ ਜਿਹੜਾ ਕੰਮ ਕਰਦਾ ਔਰ ਮੈਂ ਇਹਦੀ ਕਿਸੇ ਖੁਸ਼ ਹੋ ਕੇ ਕਰਦਾ ਕਿਸੇ ਮਕਸਦ ਲਈ ਕਰਦਾ ਕਿ ਹਾਂ ਵੀ ਆਪਾਂ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਜਾਣਾ ਦਿੱਲੀ ਵਾਲੇ ਹਮੇਸ਼ਾ ਕਾਊਂਟਰ ਕਰਦੇ ਰਹੇ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਵੀ ਤੁਹਾਡੀਆਂ ਪੋਸਟਾਂ ਵੀ ਦੇਖ ਰਹੇ ਸੀ ਤੁਸੀਂ ਕਹਿੰਦੇ ਸੀ ਮੈਂ 18-18 ਘੰਟੇ ਮਤਲਬ ਕੰਮ ਕਰ ਰਿਹਾ ਕੀ ਹੁਣ ਇੰਨੇ ਘੰਟੇ ਕੰਮ ਕਰਨ ਦੇ ਨਾਲ ਜਿਹੜੀ ਪਹਿਲਾਂ ਖੜੋਤ ਆਈ ਹੈ ਉਹ ਪੂਰੀ ਹੋ ਜਾਏਗੀ ਨਹੀਂ ਕਈ ਵਾਰੀ ਤਾਂ ਦੇਖੋ ਸਮੇਂ ਦੀ ਵੀ ਗੱਲ ਹੈਗੀ ਆ ਇਹ ਠੀਕ ਆ ਸਮਾਂ ਥੋੜ੍ਹਾ ਪਰ ਦਿੱਲੀ ਵਾਲੇ ਬਿਲਕੁਲ ਇੱਕ ਪਾਣੀ ਦਾ ਬੁਲਬਲਾ ਨਹੀਂ ਜਿੱਦਾਂ ਹੁੰਦਾ ਜੀ ਦਿੱਲੀ ਇੱਕ ਮੈਟਰੋਪੋਲੀਟਨ ਸਿਟੀ ਆ ਔਰ ਪੰਜਾਬ ਇੱਕ ਸਰਹੱਦੀ ਸੂਬਾ ਆ ਜਿਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਹੈਗੀਆਂ ਜੀ ਹੁਣ ਕੱਲ੍ਹ ਨੂੰ ਦਿੱਲੀ ਵਾਲੇ ਕਹਿਣਗੇ ਸਾਡੇ ਨਾਲ ਤੁਸੀਂ ਪੁਲ ਬਣਾ ਕੇ ਦੇਖ ਲਓ ਬਈ ਦਿੱਲੀ ਦੇ ਵਿੱਚ ਤਾਂ ਪੁਲ ਏਸ਼ੀਅਨ ਗੇਮਾਂ ਦੇ ਬਣੇ ਹੈਗੇ ਆ ਜੀ ਦਿੱਲੀ ਬੇਸਿਕਲੀ ਸਾਡੀ ਕੈਪੀਟਲ ਆ ਜਿੱਥੇ ਪੈਸੇ ਦੀ ਬਹੁਤ ਇਨਵੈਸਟਮੈਂਟ ਆ ਸਾਡੇ ਨਾਲ ਦਿੱਲੀ ਸਰਕਾਰ ਹਮੇਸ਼ਾ ਧੱਕਾ ਕਰਦੀ ਰਹਿੰਦੀ ਆ ਪੰਜਾਬ ਨੂੰ ਪੈਸੇ ਨਹੀਂ ਦਿੰਦੀ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਅੱਜ ਸਕੂਲ ਐਜੂਕੇਸ਼ਨ ਦੇ ਵਿੱਚ ਪੰਜਾਬ ਨੰਬਰ 1 ਤੇ ਆ ਇਹ ਮੈਂ ਨਹੀਂ ਕਹਿ ਰਿਹਾ ਇਹ PGI ਜਿਹੜਾ ਸਕੋਰ ਹੁੰਦਾ ਨਾ ਗਵਰਨਮੈਂਟ ਆਫ ਇੰਡੀਆ ਸਰਵੇ ਕਰਾਉਂਦੀ ਆ ਇਹ ਉਹਦੇ ਮੁਤਾਬਕ ਆ ਉਹਦੇ ਬਾਵਜੂਦ ਵੀ ਇਹ ਕੇਜਰੀਵਾਲ ਜੀ ਔਰ ਸਿਸੋਦੀਆ ਜੀ ਮੈਂ ਕਿਹਾ ਖਰੇ ਨਵੇਂ ਸਮੇਂ ਦੀ ਕੋਈ ਪੋਲਿਟਿਕਸ ਕਰਨਗੇ ਪਰ ਬਦਕਿਸਮਤੀ ਇਹ ਪੁਰਾਣੇ ਤੋਂ ਵੀ ਪਿੱਛੇ ਚਲੇ ਗਏ ਪਰ ਉਹ ਕਹਿੰਦੇ ਪੰਜਾਬ ਕੋਲ ਇੰਨਾ ਤਾਣਾ ਬਾਣਾ ਨਹੀਂ ਹੈ 1 ਨੰਬਰ 'ਤੇ ਕਿਵੇਂ ਆ ਸਕਦਾ ਤਾਣਾ ਬਾਣਾ ਨਹੀਂ ਇਹਨਾਂ ਕੋਈ 1,052 ਸਕੂਲ ਹੈ ਸਾਡੇ ਕੋਲ 19,500 ਸਕੂਲ ਆ ਅਤੇ ਫਿਰ ਇਹ ਗੌਰਮੈਂਟ ਆਫ ਇੰਡੀਆ ਨੂੰ ਪੁੱਛ ਲੈਣ ਜਦੋਂ ਇਹ 4th ਨੰਬਰ 'ਤੇ ਸੀ ਅਸੀਂ 23ਵੇਂ ਨੰਬਰ 'ਤੇ ਸੀ ਇਹਨਾਂ ਦੇ MLA ਬੜਾ ਰੌਲਾ ਪਾਉਂਦੇ ਸੀ ਦੇਖੋ ਜੀ ਅਸੀਂ ਪੰਜਾਬ ਤੋਂ ਐਜੂਕੇਸ਼ਨ 'ਚ ਅੱਗੇ ਆ ਜੀ ਪੰਜਾਬ 'ਚ ਐਜੂਕੇਸ਼ਨ ਅਤੇ ਹੁਣ ਜਦੋਂ ਅਸੀਂ 1 ਨੰਬਰ 'ਤੇ ਆ ਗਏ 6ਵੇਂ ਨੰਬਰ 'ਤੇ ਚਲ ਗਏ ਹੁਣ ਕਹਿੰਦੇ ਉਹ ਸਕੋਰ ਹੀ ਠੀਕ ਨਹੀਂ ਹੈ
ਵੀ ਇਹ ਅਸੀਂ ਤਾਂ ਨਹੀਂ ਕਰਾਉਂਦੇ, ਇਹ ਤਾਂ ਗੌਰਮੈਂਟ ਆਫ ਇੰਡੀਆ ਕਰਾਉਂਦੀ ਹੈਗੀ ਆ। ਬਿਲਕੁਲ, ਇਹ ਤਾਂ ਗੌਰਮੈਂਟ ਆਫ ਇੰਡੀਆ ਦਾ ਸਰਵੇ ਹੈਗਾ, ਇਹ ਫਿਰ ਉਹਨਾਂ ਨੂੰ ਚੈਲੇਂਜ ਕਰਨਾ ਸਾਡੇ ਨਾਲ ਕੀ ਇਹਨਾਂ ਦਾ ਰੌਲਾ ਹੈਗਾ। ਅਸੀਂ ਤਾਂ ਕਹਿੰਦੇ ਹਾਂ ਵੀ ਜੇ ਇਹਨਾਂ ਕੋਲ ਕੋਈ ਚੰਗੀ ਚੀਜ਼ ਹੈ ਸਾਨੂੰ ਸਿੱਖ ਲੈਣੀ ਚਾਹੀਦੀ, ਜੇ ਸਾਡੇ ਕੋਲ ਚੰਗੀ ਚੀਜ਼ ਹੈ ਉਹਨਾਂ ਨੂੰ ਸਿੱਖ ਲੈਣੀ ਚਾਹੀਦੀ ਹੈ। ਕੇਜਰੀਵਾਲ ਨੂੰ ਕੀ ਪਤਾ ਵੀ ਬੇੜੀਆਂ ਵਾਲੇ ਪੁਲ ਤੋਂ ਵੀ ਗਾਂਹ ਜਾ ਕੇ ਐਜੂਕੇਸ਼ਨ ਦਿੱਤੀ ਜਾਂਦੀ ਆ, ਕਿਉਂਕਿ ਇੱਕ ਸ਼ਹਿਰ 'ਚ ਰਹਿਣਾ ਅਤੇ ਇੱਕ ਪਿੰਡਾਂ 'ਚ ਰਹਿਣਾ, ਉਹ ਵੀ ਸਰਹੱਦੀ ਏਰੀਏ ਦੇ ਪਿੰਡਾਂ 'ਚ ਰਹਿਣਾ, ਜਦੋਂ ਕਿਤੇ ਕੋਈ ਬਾਰਡਰ 'ਤੇ ਮੂਵਮੈਂਟ ਹੁੰਦੀ ਆ ਉਦੋਂ ਉਹਨਾਂ ਪਿੰਡਾਂ ਨੂੰ ਖਾਲੀ ਕਰਾ ਲਿਆ ਜਾਂਦਾ। ਇਹਨਾਂ ਲੋਕਾਂ ਨੂੰ ਨਹੀਂ ਪਤਾ, ਇਹ ਤਾਂ ਪਿਓਰਲੀ ਇੱਕ ਸਕ੍ਰਿਪਟ ਲਿਖ ਕੇ ਪੰਜਾਬ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੇ, ਹੋਰ ਇਹਨਾਂ ਦਾ ਕੋਈ ਮਕਸਦ ਨਹੀਂ, ਨਾ ਇਹਨਾਂ ਦੀ ਕੋਈ ਗਰੰਟੀ ਆ, ਨਾ ਇਹਨਾਂ ਦਾ ਕੋਈ ਮਕਸਦ ਆ। ਪ੍ਰਗਟ ਜੀ, ਅਧਿਆਪਕ ਹਾਲੇ ਵੀ ਧਰਨੇ 'ਤੇ ਆ, ਤੁਹਾਨੂੰ ਵੀ ਪਤਾ, ਉਹਨਾਂ ਬਾਰੇ ਕੀ ਕਰ ਰਹੇ ਹੋ? ਸਾਡੇ ਕੋਲ 31,000 ਪੋਸਟਾਂ ਖਾਲੀ ਪਈਆਂ ਜੀ। ਅਧਿਆਪਕ ਜਿਹੜੇ ਆ ਉਹ ਅਲੱਗ ਅਲੱਗ ਜਿਹੜੀਆਂ ਯੂਨੀਅਨ ਆ ਜੀ, ਉਹਨਾਂ ਦਾ ਆਪਸ ਵਿੱਚ ਕੌਨਫਲਿਕਟ ਬਹੁਤ ਹੈ। ਓਕੇ, ਜਿਹਦੇ ਕਰਕੇ ਇਹ ਸਮੱਸਿਆ ਹੈਗੀ ਆ। ਤੁਸੀਂ ਇੱਦਾਂ ਕਰੋ ਤਾਂ, ਤੁਸੀਂ ਚਾਰ ਪੱਤਰਕਾਰ ਇਕੱਠੇ ਹੋ ਕੇ, ਕਿਉਂਕਿ ਡੈਮੋਕ੍ਰੇਸੀ ਦਾ ਚੌਥਾ ਥੰਮ ਹੋ ਜੀ, ਤੁਸੀਂ ਇੱਦਾਂ ਕਰੋ ਮੈਨੂੰ ਮਸਲਾ ਦਾ ਹੱਲ ਲੱਭ ਕੇ ਦੇ ਦਿਓ, ਮੈਂ ਕਰ ਦਿੰਦਾ। ਓਕੇ, ਪਰ ਇੱਕ ਇੱਕ ਯੂਨੀਅਨ ਕੁਛ ਕਹਿੰਦੀ ਆ, ਦੂਜੀ ਕੁਛ ਕਹਿੰਦੀ ਆ, ਤੀਸਰੀ ਕਹਿੰਦੀ ਆ ਟੈਟ ਹੋਣਾ ਚਾਹੀਦਾ, ਚੌਥੀ ਕਹਿੰਦੀ ਨਹੀਂ ਹੋਣਾ ਚਾਹੀਦਾ, ਪੰਜਵਾਂ ਕੁਛ ਹੋਰ ਕਹਿੰਦਾ, ਛੇਵਾਂ ਕੁਛ ਹੋਰ ਕਹਿੰਦਾ। ਅਸੀਂ ਬੇਸਿਕਲੀ ਤਾਂ ਦੇਖੋ 31,000 ਪੋਸਟਾਂ, ਮੈਨੂੰ ਲੱਗਦਾ ਸਾਡੇ ਕੋਲ 31,000 ਐਲੀਜੀਬਲ ਟੀਚਰ ਹੀ ਨਹੀਂ ਹੋਣੇ। ਪਰ ਅੱਜ ਸਾਨੂੰ ਰੂਲਾਂ ਦੇ ਮੁਤਾਬਕ ਹੀ ਅਸੀਂ ਅਗਾਂਹ ਵੱਧ ਸਕਦੇ ਹਾਂ। ਰੂਲਾਂ ਨੂੰ ਕੋਈ ਕੋਈ ਚਾਹੇ ਕੋਈ ਮਿਨਿਸਟਰ ਹੋਵੇ, ਚਾਹੇ ਕੋਈ ਸਰਕਾਰ ਹੋਵੇ, ਅਸੀਂ ਰੂਲਾਂ ਨੂੰ ਉਦੋਂ ਤੋਂ ਡਾਇਵਰਸੀਫਾਈ ਨਹੀਂ ਕਰ ਸਕਦੇ, ਜਿਹਦੇ ਕਰਕੇ ਇਹ ਸਮੱਸਿਆ ਆ ਰਹੀ ਹੈ। ਇਹਨਾਂ ਨੇ ਕੀ ਕੀਤਾ, ਸਮੇਂ ਸਮੇਂ 'ਤੇ ਰੂਲਾਂ ਦੇ ਵਿੱਚ ਬਦਲਾਅ ਕਰਵਾ ਲਿਆ। ਹੁਣ ਕੋਰਟ ਕਹਿੰਦੀ ਆ ਵੀ ਸਭ ਨੂੰ ਇੱਕੋ ਜਿਹਾ ਚਾਂਸ ਮਿਲਿਆ ਕਿ ਨਹੀਂ ਮਿਲਿਆ, ਉਹ ਜਦੋਂ ਦੇਖਦੀ ਆ ਵੀ ਸਭ ਨੂੰ ਇੱਕੋ ਜਿਹਾ ਚਾਂਸ ਨਹੀਂ ਮਿਲਿਆ, ਉੱਥੇ ਜਾ ਕੇ ਕਹਿ ਦਿੰਦੇ ਵੀ ਤੁਹਾਡਾ ਡਿਸਮਿਸ ਕਰ ਦਿੰਦੇ ਆ। ਸੋ ਇਹ ਸਮੱਸਿਆ ਹੈਗੀ ਆ। ਅੱਜ ਮੇਰੇ ਕੋਲ ਅੱਜ ਵੀ ਕਈ ਯੂਨੀਅਨ ਆਈਆਂ, ਮੈਂ ਕਿਹਾ ਯਾਰ ਬੈਠ ਜਾਓ, ਮੈਂ ਤਾਂ ਤੁਹਾਨੂੰ ਇੰਨੇ ਦਿਨਾਂ ਦਾ ਕਹਿਣ ਡਿਆ ਆ, ਤੁਸੀਂ ਆਪਣੀ ਇੱਕ ਯੂਨੀਅਨ ਬਣਾ ਲਓ ਸਾਰਿਆਂ ਦੀ ਇਕੱਠੀ, ਤੁਸੀਂ ਮੈਨੂੰ ਸੋਲਿਊਸ਼ਨ ਦੇ ਦਿਓ, ਮੈਂ ਉਹੀ ਇੰਪਲੀਮੈਂਟ ਕਰ ਦੂੰਗਾ, ਹੋਰ ਹੁਣ ਇੱਦੋਂ ਗਾਂਹ ਤਾਂ ਕੀ ਕਰ ਸਕਦਾ। ਇਹ ਦੇਖੋ ਇਹ ਸਮੱਸਿਆ 5-4% ਹੀ ਆ, ਪਰ ਦੇਖੋ ਸਕੂਲਾਂ ਦੇ ਵਿੱਚ ਸੁਧਾਰ ਹੋਇਆ ਵੀ ਬਹੁਤ ਆ। ਸਕੂਲਾਂ ਦੇ ਜਿਹੜੇ ਜਿਹੜੇ ਟੀਚਰਸ ਆ, ਸਕੂਲਾਂ ਦੇ ਜਿਹੜੇ ਪਿੰਡਾਂ ਦੇ ਮੋਹਤਬਰ ਬੰਦੇ ਆ, NRIs ਆ, ਸਭ ਨੇ ਇਹਦੇ 'ਚ ਯੋਗਦਾਨ ਪਾਇਆ। ਪੰਜਾਬ ਉੱਦਾਂ ਹੀ ਨਹੀਂ ਇੱਕ ਨੰਬਰ 'ਤੇ ਆਇਆ, ਸਭ ਨੇ ਯੋਗਦਾਨ ਪਾਇਆ। ਟੀਚਰ ਆ ਹਮੇਸ਼ਾ, ਕਦੀ ਉਹਨਾਂ ਨੂੰ ਕਈ ਵਾਰੀ ਵੋਟਾਂ ਦੀ ਸਦਾਈ 'ਤੇ, ਕਦੀ ਕਿਤੇ ਕਦੀ ਕਿਤੇ, ਬਹੁਤ ਔਡ ਆਵਰ 'ਤੇ। ਔਰ ਇੱਕ ਟੀਚਰ ਹੀ ਇਹੋ ਜਿਹਾ ਹੈਗਾ ਜਿਹਨੇ ਦੇਸ਼ ਨੂੰ ਬਿਲਡਅਪ ਕਰਨਾ ਹੁੰਦਾ। ਬਿਲਕੁਲ, ਮਾਂ ਪਿਓ ਤੋਂ ਬਾਅਦ, ਰਾਦਰ ਮੈਂ ਤਾਂ ਮਾਂ ਪਿਓ ਤੋਂ ਵੀ ਪਹਿਲਾਂ ਕਹਿੰਦਾ, ਕਿਉਂਕਿ ਸਮਾਂ ਸਭ ਤੋਂ ਵੱਧ ਟੀਚਰ ਕੋਲ ਗੁਜ਼ਾਰਨਾ ਹੁੰਦਾ ਬੱਚੇ ਨੇ। ਜਿਹੋ ਜਿਹਾ ਜੇ ਟੀਚਰ ਸਾਡੇ ਕੰਫਰਟੇਬਲ ਹੋਣਗੇ, ਮੈਂ ਕਿਸੇ ਨੂੰ ਸਜ਼ਾ ਦੇਣ ਦੇ ਹੱਕ 'ਚ ਹੀ ਨਹੀਂ ਹੈ। ਜੇ ਟੀਚਰ ਕੰਫਰਟੇਬਲ ਹੋਣਗੇ ਤਾਂ ਹੀ ਬੱਚਾ ਜਿਹੜਾ ਆ ਚੰਗਾ ਗਾਂਹ ਵਧੂਗਾ, ਤਾਂ ਹੀ ਸਮੇਂ ਦਾ ਹਾਣੀ ਬਣੂਗਾ। ਸੋ ਉਹਦੇ ਲਈ, ਹਾਂ ਉਹਦੇ ਲਈ ਬਦਲਾਵਾਂ ਦੀ ਜ਼ਰੂਰਤ ਵੀ ਹੈਗੀ ਆ, ਹੋਰ ਸੁਧਾਰ ਦੀ ਜ਼ਰੂਰਤ ਵੀ ਹੈਗੀ ਆ, ਕਾਲਜ ਐਜੂਕੇਸ਼ਨ ਦੇ ਵਿੱਚ ਸੁਧਾਰ ਦੀ ਜ਼ਰੂਰਤ ਹੈਗੀ ਆ। ਕਿਉਂਕਿ ਦੁਨੀਆਂ ਦੇ ਉੱਤੇ ਜਿਹੜਾ ਵੀ ਇਨਸਾਨ ਇੱਕ ਹਾਂ ਪੱਖੀ ਸੋਚਦਾ ਹੈਗਾ, ਉਹ ਹਮੇਸ਼ਾ ਤਰੱਕੀ ਵਾਲੀ ਕੁਛ ਨਾ ਕੁਛ ਰਾਹ ਲੱਭਦਾ ਰਹਿੰਦਾ, ਬਿਹਤਰੀ ਵੇਖਦਾ, ਬਿਹਤਰੀ ਉਹਦੀ ਦੇਖਦਾ ਰਹਿੰਦਾ। ਸੋ ਇਸ ਕਰਕੇ ਉਹਦੇ 'ਤੇ ਲੱਗੇ ਹੋਏ ਆ। ਖਿਡਾਰੀਆਂ ਨੂੰ ਲੈ ਕੇ ਕੁਛ ਕਰ ਰਹੇ ਹੋ? ਕਿਉਂਕਿ ਪੰਜਾਬ ਦੇ ਖਿਡਾਰੀਆਂ ਦਾ ਹਮੇਸ਼ਾ ਸ਼ਿਕਵਾ ਰਹਿੰਦਾ ਹੈ ਕਿ ਪੰਜਾਬ ਸਰਕਾਰ ਸਾਡੇ ਲਈ ਕੋਈ ਸੋਚਦੀ ਨਹੀਂ। ਕੱਲ੍ਹ ਹੀ ਅਸੀਂ ਲਗਭਗ 13 ਕਰੋੜ ਦੇ ਪ੍ਰਾਈਜ਼ ਦਿੱਤੇ ਆ। ਓਕੇ, ਬੇਸਿਕਲੀ ਚਾਈਨਾ ਨੇ ਅੱਜ ਤੋਂ 30-35 ਸਾਲ ਪਹਿਲਾਂ ਆਪਣੀ ਪਾਲਿਸੀ ਬਣਾ ਲਈ। ਅਸੀਂ ਉਹਦੇ 'ਤੇ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ। ਜਦੋਂ ਡਾਇਰੈਕਟਰ ਸਪੋਰਟ ਸੀਗਾ, ਮੈਂ ਉਹਦੇ 'ਤੇ ਥੋੜ੍ਹਾ ਜਿਹਾ ਕੰਮ ਕੀਤਾ। ਉਹਦਾ ਨਤੀਜੇ ਇਹ ਨਿਕਲੇ ਵੀ ਸਾਡੀ ਓਲੰਪਿਕ ਦੇ ਵਿੱਚ ਸਾਡੀ ਟੀਮ ਦਾ ਮੈਡਲ ਆ ਗਿਆ। ਉਹਦੇ 'ਤੇ ਦੁਬਾਰਾ ਕੰਮ ਕਰਨ ਦੀ ਜ਼ਰੂਰਤ ਹੈ। ਅਸੀਂ ਹੁਣ 2,000 ਫਿਜ਼ੀਕਲ ਐਜੂਕੇਸ਼ਨ ਟੀਚਰ ਭਰਤੀ ਕਰ ਰਹੇ ਹਾਂ। ਓਕੇ, ਕਿਉਂਕਿ ਜਿਹੜਾ ਪ੍ਰਾਇਮਰੀ ਦੇ ਵਿੱਚ ਬੱਚਾ, ਜਦੋਂ ਬੱਚਾ ਗਰੋ ਹੁੰਦਾ, ਜਦੋਂ ਉਹਦੇ ਜਿਹੜੇ ਫਿਜ਼ੀਕਲ ਪੈਰਾਮੀਟਰ ਆ ਉਹ ਠੀਕ ਹੋਣਗੇ, ਤਾਂ ਹੌਲੀ 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 ਉੱਪਰਲੇ ਲੈਵਲ 'ਤੇ ਅਸੀਂ ਹੁਣ 5 ਲੱਖ ਬੱਚੇ ਨੂੰ ਖੇਡਾਂ ਦਾ ਸਮਾਨ ਦੇਣ ਲੱਗੇ ਹਾਂ, ਤਾਂ ਕਿ ਉਹਦਾ ਬੇਸ ਵਧੇ। ਉਹਦੇ 'ਚੋਂ 5 ਲੱਖ 'ਚੋਂ 5,000 ਸਿਲੈਕਟ ਕਰਾਂਗੇ, 5,000 ਚੋਂ ਗਾਂ 500 ਸਿਲੈਕਟ ਕਰਾਂਗੇ ਜਿਨ੍ਹਾਂ ਨੇ ਜਾ ਕੇ ਮੈਡਲ ਲੈ ਕੇ ਆਉਣੇ ਆ। ਇਹਦੇ ਨਾਲ 2 ਫਾਇਦੇ ਹੋਣਗੇ, ਇੱਕ ਤਾਂ ਸਿਹਤ ਪੱਖੋਂ ਬੱਚੇ ਦਾ ਫਾਇਦਾ ਹੋਊਗਾ, ਦੂਸਰਾ ਇਹ ਆ ਕਿ ਸਾਡੀ ਮੈਡਲ ਟੈਲੀ ਇੰਪਰੂਵ ਹੋਊਗੀ, ਤਾਂ ਕਿ ਅਸੀਂ ਦੁਨੀਆ ਨੂੰ ਦਿਖਾ ਸਕਾਂਗੇ ਵੀ ਸਾਡਾ ਨੌਜਵਾਨ ਕਿੰਨਾ ਹੈਲਦੀ ਅਤੇ ਕਿੰਨਾ ਖੁਸ਼ਹਾਲ ਹੈ। ਅਤੇ ਜੇ ਹੋਰ ਕੁਛ ਵੀ ਨਾ ਹੋਊਗਾ ਤਾਂ ਕਮ ਸੇ ਕਮ ਉਹ ਨਸ਼ਿਆਂ ਤੋਂ ਬਚਿਆ ਰਹੂਗਾ, ਗਰਾਊਂਡ 'ਚ ਜਾਊਗਾ, ਗਰਾਊਂਡ ਦੇ ਨਾਲ ਜੁੜੂਗਾ, ਅਤੇ ਉਹ ਨਸ਼ਿਆਂ ਤੋਂ ਬਚਿਆ ਰਹੂਗਾ। ਸੋ ਇਹਦੇ ਬਹੁਤ ਫਾਇਦੇ ਹੈਗੇ ਆ, ਐਂਡ ਅਸੀਂ ਇਹਨੂੰ ਇੰਪਲੀਮੈਂਟ ਕਰਨ ਜਾ ਰਹੇ ਹਾਂ। ਪੰਜਾਬ ਨੂੰ ਲੈ ਕੇ ਕੇਜਰੀਵਾਲ ਹੁਣੀ 1,000 ਰੁਪਈਆ ਕਹਿ ਰਹੇ ਆ, ਅਕਾਲੀ ਦਲ ਵਾਲੇ 2,000 ਕਹਿ ਰਹੇ ਆ, ਤਾਂ ਤੁਹਾਡੀ ਸਰਕਾਰ ਵੀ ਐਵੇਂ ਦਾ ਕੋਈ ਆਫਰ ਦੇ ਰਹੀ ਹੈ? ਨਾ, ਇਹ ਗੱਲਾਂ ਸਾਰੀਆਂ ਗਲਤ ਹੈ। ਇੱਦਾਂ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ। ਦੇਖੋ, ਮੈਂ ਤਾਂ ਜੇ ਕੋਈ ਪਰਸਨਲੀ ਮੇਰੇ ਤੋਂ ਪੁੱਛੇ ਜੀ, ਤੁਸੀਂ ਜਾਂ ਤਾਂ ਰੋਜ਼ੀ ਰੋਟੀ ਜੋਗਾ ਕਰ ਦਿਓ,
जी जदों रोजी रोटी देन लग पाओगे 3 करोड़ बंदे नू बिठाल के रोजी रोटी नहीं दिती जा सकती। ये कोई रॉकेट साइंस नहीं हैगी। जिहड़े सूबे आ जां देश आ उह चंगी आपां क्यों ना इन्हां नू रुजगार मुहैया कराईए, आपां क्यों इन्हां नू इधर नू तोरी जांदे आ। मैनूं लगदा मैं तां जे मेरी कोई गल बनूगा मैं तो मैनीफेस्टो कमेटी अपनी नू कहा, मैं कहा यार वो वादे करो जिहड़े करार सकते होवोंगे, वो ना करो जिहड़े नहीं कर सकते होवोंगे, क्योंकि वादिया ने तो इत्थे तक यह पंजाब नू ले आंदा। मैनू लगता जिहड़ी गल ठीक आ वह सानू करन दी जरूरत हैगी। कैप्टन अमरिंदर सिंह कहिंदे रहे कि 90% तो वध जिहड़े मैं मैनीफेस्टो च वादे किए सी पूरे होए ने, होए सीगे। तुहानू पता होगा ਤੁਸੀਂ ਡੈਮੋਕਰੇਸੀ ਦਾ ਚੌਥਾ ਥੰਮ ਹੋ, ਤੁਹਾਨੂੰ ਹਮੇਸ਼ਾ ਉਂਗਲਾਂ ਉੱਠਦੀਆਂ ਰਹੀਆਂ ਨਾ ਤੁਹਾਡੇ ਮੰਤਰੀ ਆਪਦੇ ਚੱਕਦੇ ਰਹੇ। ਮੈਂ ਤਾਂ ਖੁਦ ਕਹਿੰਦਾ ਰਿਹਾ। ਅੱਛਾ ਕੈਪਟਨ ਅਮਰਿੰਦਰ ਸਿੰਘ ਤਾਂ ਇਹ ਵੀ ਕਹਿੰਦਾ ਵੀ ਮੈਂ ਹੁਣ ਪੰਜਾਬ ਦੀ ਸੇਵਾ ਕਰਨੀ, 4.5 ਸਾਲ ਉਹਨੂੰ ਕਿਹਨੇ ਰੋਕਿਆ ਸੀਗਾ ਬਈ? 4.5 ਸਾਲ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਨੇ ਰੋਕਿਆ ਤਾਂ ਨਹੀਂ ਸੀਗਾ ਕਿ ਤੂੰ ਪੰਜਾਬ ਦੀ ਸੇਵਾ ਨਾ ਕਰ। ਇਹ ਹੁਣ ਤੁਸੀਂ ਅਸੈਸ ਕਰ ਲਿਓ ਵੀ ਉਹਨੇ ਕੀਤੀ ਆ ਕਿ ਨਹੀਂ ਕੀਤੀ। ਇਹ ਤਾਂ ਜ਼ਿੰਮੇਵਾਰੀ ਆਪਣੀ ਸਾਰਿਆਂ ਦੀ ਆ ਨਾ, ਅਤੇ ਮੀਡੀਆ ਜਿਹੜਾ ਡੈਮੋਕਰੇਸੀ ਦਾ ਚੌਥਾ ਬਹੁਤ ਸਟਰੋਂਗ ਥੰਮ ਹੈਗਾ। ਸੋ ਤੁਸੀਂ ਅਸੈਸ ਕਰ ਲਿਓ, ਤੁਸੀਂ ਦੇਖ ਲਿਓ। ਇਹ ਮੈਂ ਕਈ ਇੱਦਾਂ ਦੇ ਲੀਡਰ ਦੇਖਦਾ ਜਦੋਂ ਤਾਂ ਪਾਵਰ 'ਚ ਹੁੰਦੇ ਉਦੋਂ ਹੋਰ ਗੱਲ ਕਰਦੇ ਆ, ਜਦੋਂ ਪਾਵਰ ਤੋਂ ਬਾਹਰ ਚਲੇ ਜਾਂਦੇ ਆ। ਹੁਣ ਅਕਾਲੀ ਦਲ ਆ, ਜੇ ਪਾਵਰ 'ਚ ਹੋਊਗਾ ਉਹ ਕਹੂਗਾ ਵੀ ਇਹ ਕੋਈ ਮੁੱਦਾ ਹੀ ਨਹੀਂ ਹੈਗਾ, ਜਦੋਂ ਬਾਹਰ ਚਲੇ ਗਿਆ ਉਹ ਨਹੀਂ ਕਹਿਣਾ ਚੰਡੀਗੜ੍ਹ ਅਸੀਂ ਤਾਂ ਲੈਣਾ। ਸੋ ਇਸ ਕਰਕੇ ਉਦੋਂ ਵੀ ਉਹੀ ਗੱਲ ਕਰੋ ਨਾ ਜਦੋਂ ਜਿਹੜੀ ਪਾਵਰ 'ਚ ਕਰਦੇ ਹਾਂ। ਮੈਂ ਤਾਂ ਜਿਹੜੀ ਪਾਵਰ 'ਚ ਕਰਦਾ ਉਹੀ ਬਾਹਰ ਕਰਦਾ, ਕਿਉਂਕਿ ਮੇਰੀ ਲੜਾਈ ਦੋ ਤਰ੍ਹਾਂ ਨਾਲ ਰਹਿੰਦੀ ਆ। ਇੱਕ ਰਹਿੰਦੀ ਆ ਕਿ ਹਾਂ ਵੀ ਸਾਡੀ ਇੰਟਰਨਲ ਡੈਮੋਕਰੇਸੀ, ਅਸੀਂ ਅੱਜ ਜੇ ਪਾਵਰ 'ਚ ਹੈਗੇ ਜੇ ਅੱਜ ਠੀਕ ਨਹੀਂ ਕਰਦੇ ਤਾਂ ਫਿਰ ਅਸੀਂ ਕਿਸੇ ਨੂੰ ਵੀ ਕਿਉਂ ਕਹੀ ਜਾਣਾ। 90 ਦਿਨਾਂ ਦੇ ਵਿੱਚ ਲੋਕਾਂ ਨੂੰ ਇਹ ਮਹਿਸੂਸ ਕਰਨ ਲੱਗ ਪਿਆ ਵੀ ਹਾਂ ਵੀ ਸਰਕਾਰ ਹੈਗੀ ਆ। ਇਹੀ ਹੁੰਦੀ ਆ ਲੋਕਾਂ ਦੇ, ਲੋਕਾਂ ਦੀ ਸਰਕਾਰ ਤਾਂ। ਪਰ ਵਿਰੋਧੀ ਹਾਲੇ ਵੀ ਕਹੀ ਜਾਂਦੇ ਐਲਾਨਜੀਤ ਕਹਿ ਰਹੇ ਸੀ ਐਮ ਚੰਨੀ ਹੋਣਾ ਨੂੰ। ਚਲੋ ਵਿਰੋਧੀਆਂ ਨੇ ਤਾਂ ਕੌਣ ਵਿਰੋਧੀ, ਕੌਣ ਸੁਖਬੀਰ ਬਾਦਲ ਦੀ ਗੱਲ ਕਰਦੇ ਕਿ ਕੇਜਰੀਵਾਲ ਦੀ? ਦੋਨੋਂ ਕਹਿ ਰਹੇ ਨੇ। ਮੈਂ ਦੋਨਾਂ ਨੂੰ ਚੰਗੀ ਤਰ੍ਹਾਂ ਜਾਣਦਾ, ਚੰਗੀ ਤਰ੍ਹਾਂ ਬਿਲਕੁਲ, ਭਾਵੇਂ ਜਿੱਥੇ ਮਰਜ਼ੀ ਮੇਰੇ ਨਾਲ ਓਪਨ ਪਲੇਟਫਾਰਮ 'ਤੇ ਡਿਸਕਸ਼ਨ ਕਰ ਲੈਣ, ਮੈਂ ਬਿਲਕੁਲ ਚੰਗੀ ਤਰ੍ਹਾਂ ਜਾਣਦਾ। ਉਹ ਤਾਂ ਮੋਗੇ ਦੀ ਰੈਲੀ 'ਚ ਇਹ ਵੀ ਕਹਿੰਦੇ ਸੀ ਕਿ ਸੀਐਮ ਸਿਰਫ ਦੁਆਬੇ 'ਚ ਰਹਿੰਦੇ ਨੇ, ਕਦੀ ਹੁਸ਼ਿਆਰਪੁਰ ਚਲੇ ਗਏ, ਕਦੀ ਜਲੰਧਰ, ਕਹਿੰਦੇ ਮਾਲਵੇ 'ਚ ਆ ਨਹੀਂ ਰਹੇ। ਮਤਲਬ ਉੱਥੇ ਰੈਲੀ 'ਤੇ ਗੱਲਾਂ ਹੋਈਆਂ ਮੋਗੇ। ਪਤਾ ਨਹੀਂ ਹੁਣ ਬਈ ਸੁਖਬੀਰ ਬਾਦਲ ਕਈ ਵਾਰੀ ਵਾਅਦਾ ਘੱਟ ਕਰ ਜਾਂਦਾ, ਮੈਂ ਨਹੀਂ ਉਹਦੇ। ਨਹੀਂ ਉਹਨਾਂ ਦੇ ਹੋਰ ਵਰਕਰ ਕਹਿ ਰਹੇ ਸੀ ਉੱਥੋਂ ਮਾਈਕ ਤੋਂ ਗੱਲਾਂ ਹੋਈਆਂ। ਕਹਿਣਾ ਨਹੀਂ ਚਾਹੁੰਦਾ ਯਾਰ, ਮੈਂ ਸਾਰਿਆਂ ਨੂੰ ਜਾਣਦਾ। ਸ਼ਾਇਦ ਤਾਂ ਕਹਿੰਦੇ ਉਹਨੇ ਮਾਲਵੇ ਵਾਲੇ ਪਾਸੇ ਨਹੀਂ ਆ ਰਹੇ। ਜਿਹੜਾ ਪੰਜਾਬ ਦੀ ਗੱਲ ਕਰਦਾ ਨਾ ਜੀ, ਉਹਨਾਂ ਨੂੰ ਉਹ ਚੰਗਾ ਨਹੀਂ ਲੱਗਦਾ। ਅਸੀਂ ਜਿਹੜੀ ਲੜਾਈ ਲੜਦੇ ਉਹ ਪੰਜਾਬ ਦੀ ਲੜਾਈ ਆ, ਹੋਰ ਸਾਡੀ ਕੋਈ ਕਿਸੇ ਨਾਲ ਪਰਸਨਲ ਕਿਸੇ ਨਾਲ ਦੁਸ਼ਮਣੀ ਨਹੀਂ ਹੈਗੀ। ਦੁਸ਼ਮਣੀ ਤਾਂ ਸਿਰਫ ਇੰਨੀ ਆ ਜਦੋਂ ਇਹ ਬਹੁਤ ਵੱਧ ਘੱਟ ਗੱਲਾਂ ਕਰਦੇ ਆ ਨਾ, ਅਤੇ ਜਿਹੜੀ ਹੋ ਨਹੀਂ ਸਕਣ ਵਾਲੀ ਹੁੰਦੀ। ਮੈਂ ਤਾਂ ਜਿਹੜੀ ਕੋਈ ਦੂਸਰੀ ਪਾਰਟੀ ਵੀ ਜਿਹੜੀ ਹੋਣ ਵਾਲੀ ਹੁੰਦੀ ਆ ਨਾ, ਮੈਂ ਉਹਨੂੰ ਵੀ ਸਲਾਹੁੰਦਾ ਹੈਗਾ ਵੀ ਯਾਰ ਇਹਨੇ ਗੱਲ ਚੰਗੀ ਕੀਤੀ ਆ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ 4 ਸਾਲ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਕੁਛ ਬਦਲਾਅ ਲਿਆਂਦਾ, ਮੈਂ ਉਹਦੇ ਲਈ ਮੁਬਾਰਕਬਾਦ ਵੀ ਦਿੰਦਾ। ਲੜਾਈ ਹੈਗੀ ਆ ਡੈਫੀਨੇਟਲੀ। ਈਵਨ ਜਦੋਂ ਪਹਿਲਾਂ ਐਜੂਕੇਸ਼ਨ ਸੁਧਾਰ ਆਏ ਆ ਉਦੋਂ ਬੀਬੀ ਉਪਿੰਦਰਜੀਤ ਕੌਰ ਸੀਗੇ ਜੀ, ਉਹਨਾਂ ਨੇ ਸੁਧਾਰ ਲਿਆਂਦੇ ਸੀ, ਚੰਗੀ ਗੱਲ ਆ। ਕਿਉਂ ਨਹੀਂ? ਕਿਉਂਕਿ ਜਦੋਂ ਤੁਸੀਂ ਸਰਕਾਰ ਦਾ ਹਿੱਸਾ ਤਾਂ ਤੁਹਾਨੂੰ ਚੰਗੀ ਗੱਲ ਆ। ਮੈਂ ਤਾਂ ਉਸ ਬੰਦੇ ਨੂੰ ਵੀ ਕਹਿ ਦਿੰਦਾ ਹੁੰਦਾ ਕਿ ਯਾਰ ਜਿਹਨੇ ਪੰਜਾਬ ਲਈ ਕੰਮ ਕੀਤਾ, ਪਰ ਜਿਹਨੇ ਨਹੀਂ ਕੀਤਾ ਹੁੰਦਾ ਫਿਰ ਮੇਰੇ ਕੋਲ ਨਹੀਂ ਬਹੁਤਾ ਸਾਫ਼ ਸਾਫ਼ ਨਹੀਂ ਕਿਹਾ ਜਾਂਦਾ ਮੇਰੇ ਕੋਲ, ਤਾਂ ਫਿਰ ਉੱਦਾਂ ਕਿਹਾ ਜਾਂਦਾ ਵੀ ਹਾਂ ਵੀ ਇਹ ਗੱਲ ਗਲਤ ਹੈਗੀ ਆ। ਬਾਈ 'ਚ ਸਰਕਾਰ ਬਣਾ ਰਹੇ ਹੋ ਫਿਰ ਕਾਂਗਰਸ ਦੀ? ਬਿਲਕੁਲ ਬਣਾਵਾਂਗੇ, ਕਿਉਂ ਨਹੀਂ ਬਣਾਵਾਂਗੇ। ਮਿਹਨਤ ਕਰ ਰਹੇ ਹਾਂ, ਸਰਕਾਰ ਵੀ ਬਣਾਵਾਂਗੇ ਔਰ ਪੰਜਾਬ ਦਾ ਜਿਹੜਾ ਏਜੰਡਾ ਆ ਉਹਨੂੰ ਵੀ ਅੱਗੇ ਲੈ ਕੇ ਜਾਵਾਂਗੇ। ਵੈਸੇ ਤੁਹਾਡੀ ਇਹ ਗੱਲ ਪਰਸਨਲੀ ਚੰਗੀ ਲੱਗੀ ਕਿ ਤੁਸੀਂ ਬੀਬੀ ਉਪਿੰਦਰਜੀਤ ਕੌਰ ਉਹਨਾਂ ਦਾ ਜ਼ਿਕਰ ਵੀ ਕੀਤਾ, ਉਹਨਾਂ ਦੇ ਕੰਮ ਨੂੰ ਐਪਰੀਸ਼ੀਏਟ ਵੀ ਕੀਤਾ। ਜਿਹੜੀ ਗੱਲ ਚੰਗੀ ਆ, ਮੈਨੂੰ ਲੱਗਦਾ ਓਪੋਜੀਸ਼ਨ ਵਾਲੇ ਨੂੰ, ਮੈਂ ਤਾਂ ਖੇਡਾਂ ਦੇ ਵਿੱਚੋਂ ਹੈਗਾ, ਹੁਣ ਕਈ ਵਾਰੀ ਅਸੀਂ ਹਾਰ ਜਾਈਦਾ ਅਤੇ ਜਿਹੜਾ ਉਹਨਾਂ ਦਾ ਦੂਸਰਾ ਪਲੇਅਰ ਨੇ ਚੰਗਾ ਗੋਲ ਕੀਤਾ ਹੁੰਦਾ ਉਹਨੂੰ ਸਰਾਹ ਲੈਣਾ ਚਾਹੀਦਾ, ਐਡੀ ਕੀ ਗੱਲ ਹੈ। ਨਹੀਂ ਅੱਜ ਕੱਲ੍ਹ ਰਾਜਨੀਤੀ 'ਚ ਤਾਂ ਰਿਪਲਾਈ ਹੋ ਰਹੇ, ਇੱਧਰੋਂ ਕਿਸੇ ਇੱਕ ਧਿਰ ਨੇ ਕੁਛ ਕਿਹਾ, ਦੂਸਰੀ ਧਿਰ ਕੁਛ ਰਿਪਲਾਈ ਕਰ ਰਹੀ ਹੈ। ਚੰਗੀਆਂ ਚੀਜ਼ਾਂ ਹੈਗੀਆਂ, ਮੈਨੂੰ ਲੱਗਦਾ ਉਹਨੂੰ ਸਲਾਉਣਾ ਚਾਹੀਦਾ। ਜਿਹੜੀ ਮਾੜੀ ਚੀਜ਼ ਹੋ ਰਹੀ ਆ ਜਾਂ ਹੋਣ ਲੱਗਦੀ ਆ ਜਾਂ ਹੋਣ ਹੋ ਰਹੀ ਹੁੰਦੀ ਆ ਉਹਨੂੰ ਕਿਤੇ ਨਾ ਕਿਤੇ ਕੰਡੈਮ ਕਰਨਾ ਚਾਹੀਦਾ। ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ।